नमस्कार दोस्तों, निरोग जीवन संस्थान के YouTube चैनल आरबीलाई मीडिया में आपका स्वागत है। अपडेट फाजिलका से आ रही है। फाजिलका जिला के जलालाबाद में एक युवक ने घर में अकेली पाकर एक युवती के साथ बलात्कार का प्रयास किया। युवती को मेडिकल के लिए फाजिलका के सिविल अस्पताल में लाया गया, जहां पर उसका मेडिकल करवाया गया। फाजिलका के जलालाबाद का यह मामला है, जहां पर एक युवक ने घर में एक युवती को अकेली पाकर उसके साथ बलात्कार का प्रयास किया। इस कार्य में उसकी मामी द्वारा भी उसका सहयोग किया गया। जिस प्रकार से यहां पर आरोप लगाए जा रहे हैं, फाजिलका के जलालाबाद का यह मामला है। जलालाबाद की एक बस्ती में एक युवक ने घर में घुसकर अकेली नाबालिका को हवस का शिकार बनाने का प्रयास किया। पीड़िता को फाजिलका के अस्पताल में लाया गया, जहां पर उसका मेडिकल करवाया गया। आपको लाइव कवरेज दिखा रहा हूं, बने रहे हमारे साथ, देखते रहे हमारा चैनल। अब मैं आपको मिलवाने जा रहा हूं पीड़ित युवती व उसके परिजनों से। वे जिस प्रकार से आरोप लगा रहे हैं, आरबीलाई मीडिया किसी तरह के आरोपों की पुष्टि नहीं करता है। आरबीलाई मीडिया आपका अपना चैनल। मेरा मुंडा आके गल पै गया जी, सदा आया जाइएगा जी, मतलब रिश्तेदार जी। तो वह मुंडा आके मेरे गल पै गया जी, मैं सुती पई सा। मम्मा मिस करे गए जी, मम्मा काम से गए, पापा भी काम से गए हुए से जी। तो वह मेरे गल मैं सुती पई सा जी, मेरे आके 11 बजे गल पै। कदों की गल है? 9 तरीक जी। की नाम है मुंडे का? मुंडे का शिवा है जी। नाम ਪਹਿਲਾਂ ਵੀ ਤੁਹਾਡੇ ਘਰੇ ਆਉਣ ਜਾਣ ਹੈਗਾ? ਪਹਿਲਾਂ ਵੀ ਆਉਂਦਾ ਜਾਂਦਾ ਹੈਗਾ? ਹਾਂਜੀ। ਗੁਆਂਢੀ ਹੈ ਤੁਹਾਡਾ ਕੌਣ ਹੈਗਾ? ਨਹੀਂ, ਦੂਰੋਂ ਨੇੜੋਂ ਮਾੜੀ ਮੋਟੀ ਰਹੀ ਸੀ ਜੀ। ਮੇਰਾ ਉਹਨਾਂ ਦੀ ਮਾਮੀ ਦੀ ਸੀ, ਉਹਨਾਂ ਦੀ ਮਾਮੀ ਦਾ ਨਾਮ ਮੋਨਾ। ਮੇਰਾ ਉਹਨਾਂ ਨੇ ਹੱਥ ਪਹਿਲਾਂ ਮੁੰਡੇ ਨੇ ਪਕੜੇ ਹੋਏ ਸੀ ਜੀ, ਅਤੇ ਉਹਨਾਂ ਨੇ ਉਹ ਮੁੰਡੇ ਨੇ ਉਹਨਾਂ ਦੀ ਮਾਮੀ ਨੇ ਮੂੰਹ ਮੇਰਾ ਘੁੱਟ ਲਿਆ, ਤਾਂ ਉਹਨਾਂ ਨੇ ਵੰਗਾ 'ਤੇ ਹੱਥ ਲਾਇਆ। ਹਾਂਜੀ। ਅਤੇ प्रशासन तो दादी ना दिता, मेरे नाल रेप हो जाना सी, ते कारवाई करनी चाहिए। ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ, ਕੀ ਕਾਰਵਾਈ ਹੋਣੀ ਚਾਹੀਦੀ ਹੈ? ਮਤਲਬ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਇਹੋ ਜਿਹਾ ਗੋਲੀ ਠੋਕ ਦੇਣੀ ਚਾਹੀਦੀ ਜੀ, ਇਹੋ ਜਿਹੇ ਇਹਨੂੰ ਤਾਂ। ਪ੍ਰੇਮ ਲਾਲ ਜੀ, ਜਲਾਲਾਬਾਦ ਦੇ ਰਹਿਣ ਵਾਲੇ ਜੀ। ਮੈਂ ਕੰਮ 'ਤੇ ਗਿਆ ਸੀ, ਮੰਮੀ ਮੇਰੇ ਕੰਮ 'ਤੇ ਗਏ ਸੀ, ਇਹਨੇ ਮੰਮੀ ਡੈਥ ਹੋਈ ਹੈ ਜੀ। ਅਤੇ ਇਹ ਗੁੜੀਆ ਘਰੇ ਇਕੱਲੀ ਸੀ, 11 ਵਜੇ ਦਾ ਟਾਈਮ ਸੀ। ਮੁੰਡਾ ਹੱਥੋਂ ਪੱਕੀ ਆ ਕੇ ਗੱਲ ਪੈ ਗਈ, ਇੱਕ ਉਹਨਾਂ ਦੀ ਮਾਮੀ ਵੀ ਨਾਲ ਹੈਗੀ, ਮਾਮੀ ਨੇ ਇਹਦਾ ਮੂੰਹ ਕੁੱਟਿਆ ਸੀ। ਅਤੇ ਉਸ ਤੋਂ ਬਾਅਦ ਸਾਡੇ ਨਾਲ ਲੜਾਈ ਝਗੜਾ ਵੀ ਹੋਇਆ ਸੀ, ਉਹ ਥਾਣੇ ਵੀ ਗਏ ਸੀ, ਪਰ ਸਾਡੀ ਕੋਈ ਮੰਗ ਨਹੀਂ ਹੋਈ, ਕੋਈ ਸੁਣਾਈ ਨਹੀਂ ਹੋਈ, ਕੋਈ ਸੁਣਦਾ ਹੀ ਨਹੀਂ। ਉਲਟਾ ਸਾਨੂੰ ਮੈਨੂੰ ਚੱਕ ਕੇ ਲੈ ਗਏ ਜੀ, ਵੀ ਇਹ ਰਾਜੀਨਾਮਾ ਕਰੋ, ਰਾਜੀਨਾਮਾ ਕਰੋ, ਗੁੰਡਾਗਰਦੀ ਵਿਖਾ ਰਹੇ ਜੀ। ਬੰਦਾ ਵੀ ਇੱਥੋਂ ਦਾ ਨਹੀਂ, ਗੁਰੂ ਸਾਹਿਬ ਦਾ ਜੀ। ਮਾਮੀ ਦੇ ਕੋਲ ਆਇਆ, ਮਾਮੀ ਜਾਣ ਬੁੱਝ ਕੇ ਲਿਆਉਂਦੀ ਹੈ ਜੀ, ਇਹਦੀ ਸੁਣਵਾਈ ਕੀਤੀ ਹੈ, ਪੂਰੀ ਸਜ਼ਾ ਦਿੱਤੀ ਜਾਵੇ, ਇਹੋ ਜਿਹੇ ਬੰਦੇ ਨੂੰ ਤਾਂ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਹੈ। ਹਾਂ, ਦਿੱਤੀ ਉਲਟਾ ਸਾਨੂੰ ਲੈ ਗਏ ਚੱਕ ਕੇ। ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ? ਬਸ ਸਜ਼ਾ ਦਿੱਤੀ ਆ, ਵੀ ਇਹ ਬੰਦਾ ਜਾਂ ਤਾਂ ਇਹਨੂੰ ਸਾਰੀ ਜ਼ਿੰਦਗੀ ਬਾਹਰ ਨਾ ਆਵੇ, ਬਸ ਇਹ ਚਾਹੁੰਦੇ ਹਾਂ ਅਸੀਂ ਤਾਂ। ਅਗਾ ਕਿਸੇ ਦੀ ਕਦੋਂ ਦੀ ਗੱਲ ਆ ਸਰ, ਕਿੰਨੀ ਤਰੀਕ ਦੀ ਗੱਲ ਹੈ? 9 ਤਰੀਕ ਦੀ। ਕਿੰਨੇ ਵਜੇ ਦੀ ਘਟਨਾ ਹੈਗੀ ਹੈ? 11 ਵਜੇ ਦੀ। ਰਾਤ ਨੂੰ ਵੀ ਸਰ? ਦਿਨੇ 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 ਦੁਪਹਿਰ ਕੋਈ ਵੀ ਨਹੀਂ ਹੈਗਾ ਸੀ ਬਸਤੀ। ਉਹਨੇ ਵੇਖਿਆ ਮੌਕਾ ਵੀ ਆਉਣ ਕੱਲੀ ਆਣ ਕੇ ਕੁੜੀ ਨੂੰ ਅੰਦਰ ਘੇਰ ਲਿਆ, ਹੁਣ ਖਿੱਚਦਾ ਖੁਜਰਾ ਰਿਹਾ, ਕੱਪੜੇ ਕੁਪੜੇ ਉਹਦੇ ਪਾੜ ਦਿੱਤੇ। ਇਹ ਤਾਂ ਮੈਂ ਰੱਬੋ ਹੀ ਘਰੇ ਮੁੜ ਕੇ ਆਈ, ਅਤੇ ਮੈਂ ਕਿਹਾ ਅੰਦਰ ਕਿਉਂ ਬਾਂ ਬਾਂਦੀ, ਅਤੇ ਅੰਦਰ ਆਉਂਦੀ ਮਾਮੀ ਇਹਦਾ ਮੂੰਹ ਘੁੱਟੀ ਖੜੀ। ਮਾਮੀ ਦੀ ਵਿੱਚ ਗੱਲਬਾਤ ਜਿਹੜੀ ਇੱਥੇ ਵਾਰੀ ਵਾਰੀ ਉਹਨੂੰ ਮੰਗਾ ਦੀ, ਅਤੇ ਗਾਲ ਪਵਾ ਦੀ ਜੀ ਕੁੜੀ ਦੇ, ਕਦੇ ਪਿੱਛੇ ਲੱਗ ਜਾਂਦਾ ਗਲੀ 'ਚ ਕੰਮ ਕਰਨ ਜਾਂਦੀ, ਤਾਂ ਅਤੇ ਵਿਚਾਰੀ ਨੇ ਕੰਮ ਛੱਡ ਦਿੱਤਾ, ਕੰਮ ਕਰਨ ਨਹੀਂ ਗਈ, ਫਿਰ ਘਰੇ ਵੜ ਗਿਆ ਆਣ ਕੇ ਪਿੱਛੋਂ ਦੀ ਕੋਠਿਆਂ 'ਤੇ ਚੜ ਕੇ। ਇਹ ਸੁਣਾਈ ਕੀਤੀ ਜਾਵੇ, ਇਹ ਬਹੁਤ ਮੁੰਡਾ ਸਾਨੂੰ ਤੰਗ ਕੀਤੀ ਖੜਾ, ਅਸੀਂ ਕੁੜੀ ਨਹੀਂ ਕਾਮਯਾਬਣੀ ਦਿੱਤੇ ਕੁੜੀ ਦੇ, ਇਹ ਤਾਂ ਮੌਕੇ 'ਤੇ ਮੈਂ ਨਾ ਦੀ ਪਰਨ ਕੀ ਬਣ ਜਾਣਾ ਜੀ, ਉਹ ਤਾਂ ਕੁੜੀ ਨੂੰ ਮਾਰ ਹੀ ਜਾਣਾ ਜੀ ਕੁੜੀ ਨੇ, ਜਿਵੇਂ ਉਹਨਾਂ ਕੀਤੀ ਦੋਵਾਂ ਜਾਣਾ ਵੜ ਕੇ। ਇਹ ਤਾਂ ਮੈਂ ਮੌਕੇ 'ਤੇ ਆ ਗਈ, ਅਤੇ ਚੱਲ ਕੋਈ ਮਾੜਾ ਮੋਟਾ ਛੁਟਕਾਰਾ ਹੋ ਗਿਆ, ਕੁੜੀ ਨੂੰ ਤਾਂ ਢਾਈ ਬੈਠੇ ਸੀ, ਕੱਪੜੇ ਕੁਪੜੇ ਪਾੜੀ ਬੈਠੇ ਸੀ, ਭੋਰਾ ਜੀ ਨੇ ਜਵਾਕੜੀ, ਉਹਨੂੰ ਕੀ ਪਤਾ। ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ? ਸੁਣਾਈ ਹੋਵੇ ਸਾਡੀ, ਇਹਨਾਂ ਨੂੰ ਇਹੋ ਜਿਹੇ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਜਿਹਨੇ ਸਾਡੇ ਨਾਲ ਜਾਸਤੀ ਕੀਤੀ।
ਧੀ ਧਿਆਨ ਨਾਲ ਅਜੇ ਉਮਰ ਹੁੰਦੀ ਕਿਹੜੀ ਜਵਾਕੜੀ ਹੈਗੀ ਅਜੇ ਨਾ ਉਹਨੂੰ ਅਕਲ ਨਾ ਕੁਛ।